लोकसभा चोणा 2024 संबंधी जिला चोन अफसर वालों फिरोजपुर दे पत्रकारा नाल बैठक। सत श्री अकाल जी, मैं हां बिक्रमजीत सिंह ते तुसी देख रहे हो दद्दा टीवी NRI। लोकतंत्र दी मजबूती लई हरेक नागरिक नू अपना नाम वोटर सूची विच दर्ज करवा के वोट दे अधिकार दा जरूर इस्तेमाल करना चाहिदा है, क्योंकि एक वोट ही देश दे सुनहरे भविख विच योगदान पाउंदी है। ਇਹ ਪ੍ਰਗਟਾਵਾ ਆਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ IAS ਵੱਲੋਂ ਪੱਤਰਕਾਰ ਭਾਈਚਾਰੇ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ। ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵੋਟਰ ਸੂਚੀਆਂ ਬਾਰੇ ਪ੍ਰਾਪਤ ਹੋਏ ਦਾਅਵਿਆਂ ਇਦਰਾਜਾਂ ਦਾ ਨਿਪਟਾਰਾ 26 ਦਸੰਬਰ 2023 ਨੂੰ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2024 ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਡੀਆ ਦੇ ਮਾਧਿਅਮ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਬਾਰੇ ਪ੍ਰੇਰਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ 18 ਸਾਲ ਦੇ ਹੋ ਚੁੱਕੇ ਨਾਗਰਿਕ ਆਪਣੀ ਵੋਟ ਪਹਿਲ ਦੇ ਆਧਾਰ ਤੇ ਬਣਵਾਉਣ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੁੱਲ 901 ਪੋਲਿੰਗ ਸਟੇਸ਼ਨ ਹਨ ਅਤੇ ਮਿਤੀ 27 ਅਕਤੂਬਰ 2023 ਅਨੁਸਾਰ ਜ਼ਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 710,953 ਹੈ, ਜਿਨ੍ਹਾਂ ਵਿੱਚੋਂ 374,905 ਮਰਦ ਵੋਟਰ, 336,028 ਮਹਿਲਾ ਵੋਟਰ ਅਤੇ 20 ਅਦਰ ਵੋਟਰ ਹਨ। ਇਸ ਤੋਂ ਇਲਾਵਾ 2,805 ਸਰਵਿਸ ਵੋਟਰ ਹਨ। ਉਨ੍ਹਾਂ ਕਿਹਾ ਕਿ ਚੋਣ ਅਮਲੇ ਨੂੰ ਨਵੀਆਂ ਵੋਟਾਂ ਬਣਾਉਣ ਦਾ ਕੰਮ ਛੇਤੀ ਨਿਪਟਾਉਣ ਦੀ ਹਦਾਇਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ ਅਤੇ ਵੋਟ ਵਿੱਚ ਕਿਸੇ ਕਿਸਮ ਦੀ ਸੁਧਾਈ ਲਈ ਸੰਬੰਧਿਤ BLO ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਸੰਬੰਧਿਤ SDM ਦਫ਼ਤਰ ਨਾਲ ਵੀ ਇਸ ਸੰਬੰਧੀ ਸੰਪਰਕ ਕੀਤਾ ਜਾ ਸਕਦਾ ਹੈ। ਉਹਦਾ ਵੱਖਰਾ ਸ਼ਡਿਊਲ ਹੈ, ਉਹ ਵੀ ਅਸੀਂ ਦੱਸ ਚੁੱਕੇ ਹਾਂ, ਉਹਨੂੰ ਦੱਸ ਸਕਦੇ ਹਾਂ। ਇਹ ਸਾਡੇ ਕੋਲ ਮੁੱਦੇ ਸੀਗੇ, ਤੁਹਾਡੇ ਤੋਂ ਦੱਸਣਾ ਚਾਹ ਸੀ ਲੋਕਾਂ ਨੂੰ ਵੀ ਤੁਸੀਂ ਆਪਣੇ ਵੋਟਾਂ ਬਣਾਓ ਅਤੇ ਵੋਟਾਂ ਨੂੰ ਅਸੀਂ ਵੱਖ ਤੌਰ 'ਤੇ, ਜੇ ਸਾਡੇ ਕੋਈ ਬੱਚੀ ਵਹਿ ਗਈ ਹੈ, ਕੋਈ ਡੈਥ ਹੋ ਗਈ ਹੈ ਘਰ ਦੇ ਵਿੱਚ ਗੁਆਂਢੀਆਂ ਦੇ, ਤਾਂ BLO ਨਾਲ ਤੁਸੀਂ ਗੱਲ ਕਰ ਸਕਦੇ ਹੋ। ਅਤੇ ਜਿਹੜੀਆਂ ਪੰਚਾਇਤਾਂ ਦੇ ਖੁਦ ਇਲੈਕਸ਼ਨ ਹੋਣਾ ਉਹ ਸ਼ਡਿਊਲ ਹੀ ਆ, ਪਰ ਵੋਟਰ ਬਣਾਉਣ ਦਾ ਅਤੇ ਰਿਸ਼ਤਾ ਜਿਹੜੀ ਡੇਟ ਕਰਨ ਦਾ ਅੱਜ ਲਾਸਟ ਡੇਟ ਹੈ ਜੀ। ਸਰ ਸਰ ਉਸਦੀ ਤਿਆਰੀ ਜਿਹੜੀ ਹੈ ਪੂਰੀ ਕੀਤੀ ਗਈ ਪੰਚਾਇਤੀ ਚੋਣਾਂ ਨੂੰ ਲੈ ਕੇ? ਹਾਂਜੀ, ਅਸੀਂ ਤਿਆਰੀ ਸਾਡੀ ਚੱਲ ਰਹੀ ਹੈ। ਤੁਸੀਂ ਜਿਵੇਂ ਸਾਡੇ ਜਿਮ ਸਾਹਿਬਾਨ ਨੇ ਉਹਨਾਂ ਨਾਲ ਜਾ ਕੇ ਬੀਜੇਪੀ ਸਾਹਿਬਾਨ ਨਾਲ ਜਾ ਕੇ ਉੱਥੇ ਵੋਟ